ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਵਿੱਚ ਮੈਂ ਸਾਇੰਸ ਐਂਡ ਟੈਕਨੋਲੋਜੀ ਦੇ ਇੰਪੋਰਟੈਂਟ ਕੁਐਸਚਨ ਤੁਹਾਨੂੰ ਕਰਵਾਉਂਗਾ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇਣਾ ਹੈ ਚਾਹੇ ਉਹ ਅੰਗਣਵਾੜੀ ਸੁਪਰਵਾਈਜ਼ਰ ਦਾ ਹੋਵੇ ਐਫਸੀਆਈ ਹਾਈ ਕੋਰਟ ਪੀ ਟ੍ਰਿਪਲ ਐਸ ਵੀ ਕਲਰਕ ਗ੍ਰਾਮ ਸੇਵਕ ਫੋਰੈਸਟ ਗਾਰਡ ਐਕਸਾਈਜ਼ ਇਨਸਪੈਕਟਰ ਸਬ ਇਨਸਪੈਕਟਰ ਹੈਡ ਕਨਸਟੇਬਲ ਜਾਂ ਕਨਸਟੇਬਲ ਜਾਂ ਹੋਰ ਕੋਈ ਵੀ ਪੇਪਰ ਦੇਣਾ ਹੈ ਤਾਂ ਹਰੇਕ ਪੇਪਰ ਵਿੱਚ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਠੀਕ ਹੈ ਸਾਇੰਸ ਦੇ ਕੁਐਸਚਨ ਹਰੇਕ ਪੇਪਰ ਵਿੱਚ ਆਉਂਦੇ ਹੀ ਆਉਂਦੇ ਆ ਠੀਕ ਹੈ 3-4 ਕੁਐਸਚਨ ਤਾਂ ਹਰੇਕ ਪੇਪਰ ਵਿੱਚ ਆ ਹੀ ਜਾਂਦੇ ਆ ਠੀਕ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇੰਪੋਰਟੈਂਟ ਐਮਸੀਕਿਊ ਕਰਵਾਉਂਗਾ ਠੀਕ ਹੈ ਇਹਨਾਂ ਵਿੱਚੋਂ ਕਾਫੀ ਕੁਐਸਚਨ ਬਾਰ-ਬਾਰ ਪੇਪਰਾਂ ਦੇ ਵਿੱਚ ਪੁੱਛੇ ਜਾ ਚੁੱਕੇ ਆ ਇਸ ਵੀਡੀਓ ਨੂੰ ਮੌਕ ਟੈਸਟ ਦੀ ਤਰ੍ਹਾਂ ਵੀ ਤੁਸੀਂ ਲੈ ਸਕਦੇ ਹੋ 25 ਕੁਐਸਚਨ ਮੈਂ ਕਰਵਾਉਂਗਾ ਠੀਕ ਹੈ ਤੁਸੀਂ ਐਂਡ ਦੇ ਵਿੱਚ ਦੱਸ ਸਕਦੇ ਹੋ ਤੁਹਾਡੇ 25 ਵਿੱਚੋਂ ਕਿੰਨੇ ਆਨਸਰ ਸਹੀ ਹੋਏ ਤੇ ਟੈਲੀਗ੍ਰਾਮ ਸਾਰੇ ਜਣੇ ਨੇ ਜਰੂਰ ਜੁਆਇਨ ਕਰਨਾ ਹੈ ਟੈਲੀਗ੍ਰਾਮ ਦੇ ਉੱਤੇ ਤੁਹਾਨੂੰ ਅਲੱਗ-ਅਲੱਗ ਪੇਪਰਾਂ ਦਾ ਸਿਲੇਬਸ ਮਿਲ ਜੇਗਾ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਮੈਂ ਟੈਲੀਗ੍ਰਾਮ ਦੇ ਉੱਤੇ ਪਾਉਣਾ ਇੱਕ ਵਾਰੀ ਦਿਖਾ ਦਿੰਨਾ ਤੁਹਾਨੂੰ ਜੀਕੇ ਫੈਕਟਸ ਸਰਚ ਕਰਕੇ ਟੈਲੀਗ੍ਰਾਮ ਜੁਆਇਨ ਕਰ ਲਓ ਜਾਂ ਫਿਰ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਟੈਲੀਗ੍ਰਾਮ ਦਾ ਉੱਥੋਂ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਇੱਥੇ ਸਾਰਾ ਮੈਂ ਸਿਲੇਬਸ ਕੱਲੇ-ਕੱਲੇ ਪੇਪਰ ਦਾ ਪਾਇਆ ਹੋਇਆ ਇੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਾਕੀ ਤੁਸੀਂ ਅ ਫਾਈਲਸ ਵਿੱਚ ਜਾ ਕੇ ਵੀ ਸਿਲੇਬਸ ਦੇਖ ਸਕਦੇ ਹੋ ਇੰਪੋਰਟੈਂਟ ਜਿੰਨੇ ਵੀ ਨੋਟੀਫਿਕੇਸ਼ਨ ਮੈਂ ਪਾਏ ਹੋਏ ਸਾਰੇ ਤੁਹਾਨੂੰ ਫਾਈਲਸ ਵਿੱਚ ਜਾ ਕੇ ਮਿਲ ਜਾਣਗੇ ਠੀਕ ਹੈ ਪਹਿਲਾਂ ਇਸ ਵੀਡੀਓ ਨੂੰ ਦੇਖ ਲਓ ਉਸ ਤੋਂ ਬਾਅਦ ਟੈਲੀਗ੍ਰam ਜੁਆਇਨ ਕਰ ਲਿਓ ਫਸਟ ਕੁਐਸ਼ਨ ਹੈ ਹਾਈਡਰੋਜਨ ਬੰਬ ਦੀ ਖੋਜ ਕਰਤਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਬਹੁਤ ਸਾਰੇ ਕੁਐਸ਼ਨ ਬਾਰ-ਬਾਰ ਰਿਪੀਟ ਹੋ ਚੁੱਕੇ ਆ ਠੀਕ ਹੈ ਇਸ ਦਾ ਰਾਈਟ ਆਨਸਰ ਹੋ ਜਾਏਗਾ ਐਡਵਰਡ ਟੇਲਰ ਨੂੰ ਹਾਈਡਰੋਜਨ ਬੰਬ ਦੇ ਖੋਜ ਕਰਤਾ ਵਜੋਂ ਜਾਣਿਆ ਜਾਂਦਾ ਹੈ ਨੈਕਸਟ ਕੁਐਸਚਨ ਕਿਸ ਖੂਨ ਦੀ ਕਿਸਮ ਨੂੰ ਸਰਵ ਵਿਆਪੀ ਦਾਨੀ ਕਿਹਾ ਜਾਂਦਾ ਹੈ ਸਰਵ ਵਿਆਪੀ ਦਾਨੀ ਕਿਹੜਾ ਗਰੁੱਪ ਹੁੰਦਾ ਹੈ ਰਾਈਟ ਆਨਸਰ ਹੋ ਜਾਏਗਾ O O ਗਰੁੱਪ ਨੂੰ ਸਰਵ ਵਿਆਪੀ ਦਾਨੀ ਕਿਹਾ ਜਾਂਦਾ ਹੈ ਨੈਕਸਟ ਹੈ ਇਹਨਾਂ ਵਿੱਚੋਂ ਕਿਹੜਾ ਦੁੱਧ ਨੂੰ ਦਹੀਂ ਵਿੱਚ ਬਦਲ ਦਿੰਦਾ ਹੈ ਦੁੱਧ ਨੂੰ ਦਹੀਂ ਵਿੱਚ ਕਿਹੜਾ ਬਦਲਦਾ ਹੈ ਇਹਨਾਂ ਵਿੱਚੋਂ ਰਾਈਟ ਆਨਸਰ ਹੋ ਜਾਏਗਾ ਬੈਕਟੀਰੀਆ ਦੁੱਧ ਨੂੰ ਦਹੀਂ ਵਿੱਚ ਬਦਲਣ ਦੇ ਵਿੱਚ ਮਦਦ ਕਰਦਾ ਹੈ ਬੈਕਟੀਰੀਆ ਬੈਕਟੀਰੀਆ ਨਹੀਂ ਦੁੱਧ ਦਹੀਂ ਵਿੱਚ ਬਦਲ ਲੈਂਦਾ ਬਦਲ ਜਾਂਦਾ ਹੈ ਸਾਡੇ ਸਰੀਰ ਦਾ ਹਰ ਅੰਗ ਡੈਸ਼ ਦਾ ਬਣਿਆ ਹੈ ਕਿਸ ਚੀਜ਼ ਦਾ ਬਣਿਆ ਰੇਕ ਹਰੇਕ ਅੰਗ ਸੈੱਲ ਠੀਕ ਹੈ ਸੈੱਲਾਂ ਦਾ ਬਣਿਆ ਹਰੇਕ ਅੰਗ ਆਪਣੇ ਸਰੀਰ ਦਾ ਵਿਕਾਸ ਦਾ ਸਿਧਾਂਤ ਕਿਸ ਨੇ ਦਿੱਤਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਬਹੁਤ ਵਾਰੀ ਆ ਚੁੱਕਿਆ ਵਿਕਾਸ ਦਾ ਸਿਨਾਂਤ ਕਿਸ ਨੇ ਦਿੱਤਾ ਇਸ ਦਾ ਰਾਈਟ ਆਨਸਰ ਹੋ ਜਾਏਗਾ ਡਾਰਵਿਨ অপਸ਼ਨ ਹੈ ਬੀ ਨੈਕਸਟ ਕੁਐਸਚਨ ਪਹਿਲਾ ਭਾਰਤੀ ਉਪਗ੍ਰਹਿ ਆਰੀਆ ਭਾਟ ਕਦੋਂ ਲਾਂਚ ਕੀਤਾ ਗਿਆ ਸਹੀ ਉੱਤਰ ਹੋ ਜਾਏਗਾ 1975 ਦੇ ਵਿੱਚ অপশন বি नेक्स्ट क्वेश्चन ক্যালভিন মাপ ਵਿੱਚ ਮਨੁੱਖੀ ਸਰੀਰ ਦਾ ਸਹੀ ਮਾਪ ਕੀ ਹੁੰਦਾ ਹੈ ਕੀ ਹੈ ਸਹੀ ਮਾਪ ਕੈਲভিন ਦੇ ਵਿੱਚ ਸਹੀ ਉੱਤਰ ਹੋ ਜਾਏਗਾ 310 ਕੈਲਵਿਨ ਪ੍ਰਕਾਸ਼ ਦੀ ਗਤੀ ਘਟ ਹੋਵੇਗੀ ਪ੍ਰਕਾਸ਼ ਦੀ ਗਤੀ ਕਿਸ ਦੇ ਵਿੱਚ ਸਭ ਤੋਂ ਜ਼ਿਆਦਾ ਘਟ ਹੋਵੇਗੀ ਇਹ ਕੁਐਸਚਨ ਬਹੁਤ ਵਾਰੀ ਆ ਚੁੱਕਿਆ ਪੇਪਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਘਟੇਗੀ ਕੰਚ ਦੇ ਵਿੱਚ ਪ੍ਰਕਾਸ਼ ਦੀ ਗਤੀ ਠੀਕ ਹੈ ਪ੍ਰਕਾਸ਼ ਜਿਹੜਾ ਉਹ ਟਰੈਵਲ ਕਰਦਾ ਸਭ ਤੋਂ ਜ਼ਿਆਦਾ ਘੱਟ ਸਪੀਡ ਨਾਲ ਕੰਚ ਦੇ ਵਿੱਚ ਕਰੇਗਾ ਬਾਜੂ ਮੰਡਲ ਵਿੱਚ ਸਭ ਤੋਂ ਜ਼ਿਆਦਾ ਕਿਹੜੀ ਗੈਸ ਪਾਈ ਜਾਂਦੀ ਹੈ ਕਿਹੜੀ ਗੈਸ ਪਾਈ ਜਾਂਦੀ ਸਭ ਤੋਂ ਜ਼ਿਆਦਾ ਇਹ ਕੁਐਸਚਨ ਵੀ ਬਹੁਤ ਵਾਰੀ ਆ ਚੁੱਕਿਆ ਹੈ ਇਸ ਦਾ ਸਹੀ ਉੱਤਰ ਹੋ ਜਾਏਗਾ ਹਾਈਡਰੋਜਨ ਹਾਈਡਰੋਜਨ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਆਪਣੇ বায়ুমণ্ডল ਦੇ ਵਿੱਚ ਪੁਲਾੜ ਸ਼ਟਲ ਦਾ ਕੀ ਨਾਮ ਸੀ ਜਿਸ ਨੇ ਇਨਸਾਨ ਨੂੰ ਚੰਦ ਦੇ ਉੱਤੇ ਪਹੁੰਚਾਇਆ ਕੀ ਨਾਮ ਸੀ ਇਹ ਵੀ ਪੁਰਾਣੇ ਪੇਪਰਾਂ ਵਿੱਚ ਆ ਚੁੱਕਿਆ ਕੁਐਸਚਨ ਸਹੀ ਉੱਤਰ ਹੋ ਜਾਏਗਾ ਅਪੋਲੋ ਅਪੋਲੋ ਨੇ ਇਨਸਾਨ ਨੂੰ ਚੰਦ ਦੇ ਉੱਤੇ ਪਹੁੰਚਾਇਆ ਸੀ ਇਨਸੂਲਿਨ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ सही उत्तर हो जाएगा शूगर इंसुलिन की कमी शुगर होंगी है सब तो ज्यादा ऊर्जा किस तो प्राप्त होंगी है ना इन्होंने सब तो ज़्यादा ऊर्जा किस तो प्राप्त होंगी है कार्बोडाइ कार्बोहाइड्रेट्स ठीक है कार्बोहाइड्रेट्स तो सब तो ज्यादा ऊर्जा प्राप्त होंगी है नैक्सट क्वेश्चन खून का रंग लाल क्यों हों खून का रंग लाल क्यों हों कोशन भी बहुत बारी आ चुका है ਹੈਮੋਗਲੋਬਿਨ ਦੇ ਕਾਰਨ ਖੂਨ ਦਾ ਰੰਗ ਲਾਲ ਹੋ ਜਾਂਦਾ ਹੈ। ਪਾਈਰੀਆ ਰੋਗ ਨਾਲ ਸਰੀਰ ਦਾ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ? ਪਾਈਰੀਆ ਰੋਗ ਨਾਲ ਮਸੂੜੇ ਆ ਜਿਹੜੇ ਉਹ ਪ੍ਰਭਾਵਿਤ ਹੋ ਜਾਂਦੇ ਆ। ਪੀਲੀਆ ਰੋਗ ਵਿੱਚ ਸਰੀਰ ਦਾ ਕਿਹੜਾ ਅੰਗ ਪ੍ਰਭਾਵਿਤ ਹੁੰਦਾ ਹੈ? ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਜਿਗਰ। ਠੀਕ ਹੈ ਪੀਲੀਆ ਦੇ ਵਿੱਚ ਜਿਗਰ ਪ੍ਰਭਾਵਿਤ ਹੁੰਦਾ ਹੈ 베ਰੀ 베ਰੀ ਰੋਗ ਕਿਸ ਵਿਟਾਮਿਨ ਦੀ ਘਾਟ ਕਾਰਨ ਹੁੰਦਾ ਹੈ ਵਿਟਾਮਿਨ ਬੀ ਦੀ ਘਾਟ ਕਾਰਨ 베ਰੀ 베ਰੀ ਰੋਗ ਹੋ ਜਾਂਦਾ ਹੈ ਕਿਸ ਵਿਟਾਮਿਨ ਦੀ ਕਮੀ ਨਾਲ ਅੰਧਰਾਤਾ ਹੋ ਜਾਂਦਾ ਅੰਧਰਾਤਾ ਕਿਹੜੇ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ਵਿਟਾਮਿਨ ਏ ਆਇਓਡਿਨ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ਸਹੀ ਉੱਤਰ ਹੈ ਗਿੱਲੜ অপਸ਼ਨ ਏ ਰੇਡੀਅਮ ਦੀ ਖੋਜ ਕਿਸ ਨੇ ਕੀਤੀ ਸਹੀ ਉੱਤਰ ਹੋ ਜਾਏਗਾ ਮੈडम क्यूਰੀ ਕਿਹੜੇ ਤੱਤ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਕੈਲਸ਼ੀਅਮ ਅਤੇ ਫਾਸਫੋਰਸ ਕੈਲਸ਼ੀਅਮ ਤੇ ਫਾਸਫੋਰਸ ਹੱਡੀਆਂ ਲਈ ਜ਼ਰੂਰੀ ਹੈ ਠੀਕ ਹੈ ਕੈਲਸ਼ੀਅਮ ਬਹੁਤ ਜ਼ਰੂਰੀ ਹੈ ਹੱਡੀਆਂ ਦੇ ਲਈ ਕੈਲਸ਼ੀਅਮ ਕਾਦੇ ਵਿੱਚ ਪਾਇਆ ਜਾਂਦਾ ਦੁੱਧ ਜਿਹੜੇ ਡੈਰੀ ਪ੍ਰੋਡਕਟ ਆ ਉਹਨਾਂ ਵਿੱਚ ਜ਼ਿਆਦਾ ਕੈਲਸ਼ੀਅਮ ਹੁੰਦਾ ਏ ਠੀਕ ਹੈ ਡੈਰੀ ਪ੍ਰੋਡਕਟ ਕਿਹੜੇ ਹੋਗੇ ਦੁੱਧ ਦਹੀਂ ਪਨੀਰ ਠੀਕ ਹੈ ਇਹਨਾਂ ਵਿੱਚ ਕੈਲਸ਼ੀਅਮ ਜ਼ਿਆਦਾ ਹੁੰਦਾ ਕਿਹੜਾ ਰੋਗ ਹਵਾ ਨਾਲ ਫੈਲਦਾ ਹੈ ਇਹਨਾਂ ਵਿੱਚੋਂ ਕਿਹੜਾ ਰੋਗ ਹਵਾ ਨਾਲ ਫੈਲਦਾ ਏ ਪਲੇਗ ਪਲੇਗ ਇੱਕ ਹਵਾ ਨਾਲ ਫੈਲਣ ਵਾਲੀ ਬਿਮਾਰੀ ਹੈ ਜਿਵੇਂ ਕਰੋਨਾ ਵਾਇਰਸ ਹੈ ਜਿਹੜਾ ਉਹ ਹਵਾ ਨਾਲ ਫੈਲਦਾ ਹੈ ਕਿਸ ਵਿਟਾਮਿਨ ਵਿੱਚ ਕੁਵਾਲਟ ਪਾਇਆ ਜਾਂਦਾ ਹੈ ਇਹ ਵੀ ਬਹੁਤ ਵਾਰੀ ਆ ਚੁੱਕਿਆ ਪੇਪਰ ਪੇਪਰਾਂ ਦੇ ਵਿੱਚ ਵਿਟਾਮਿਨ ਬੀ 12 ਠੀਕ ਹੈ ਬੀ 12 ਦੇ ਵਿੱਚ ਕੁਵਾਲਟ ਪਾਇਆ ਜਾਂਦਾ ਹੈ ਡੇਂਗੂ ਬੁਖਾਰ ਵਿੱਚ ਕਿਸ ਦੀ ਕਮੀ ਹੋ ਜਾਂਦੀ ਹੈ ਡੈਂਗੂ ਬੁਖਾਰ ਦੇ ਵਿੱਚ ਪਲੇਟਲੇਟਸ ਦੀ ਕਮੀ ਹੋ ਜਾਂਦੀ ਹੈ ਠੀਕ ਹੈ অপਸ਼ਨ A ਰਾਈਟ ਆਨਸਰ ਪ੍ਰਕਾਸ਼ ਸੰਸਲੇਸ਼ਨ ਲਈ ਕਿਹੜੀ ਗੈਸ ਜ਼ਰੂਰੀ ਹੈ ਅभी ਬਹੁਤ ਵਾਰੀ ਆ ਚੁੱਕਿਆ ਕਾਰਬਨ ਡਾਈਆਕਸਾਈਡ অপਸ਼ਨ D ਰਾਈਟ ਆਨਸਰ ਹੋ ਜਾਏਗਾ ਮਨੁੱਖ ਨੂੰ ਲੋਹਾ ਕਿੱਥੋਂ ਪ੍ਰਾਪਤ ਹੁੰਦਾ ਹੈ ਮਨੁੱਖ ਨੂੰ ਲੋਹਾ ਪ੍ਰਾਪਤ ਹੁੰਦਾ ਪਾਲਕ ਤੋਂ ਠੀਕ ਹੈ ਸੋ ਇਹ 25 ਇੰਪੋਰਟੈਂਟ ਕੁਐਸਚਨਸ ਆਇਨ ਸਾਇੰਸ ਐਂਡ ਟੈਕਨੋਲੋਜੀ ਦੇ ਕਰਵਾਤੇ ਮੈਂ ਕਾਫੀ ਕੁਐਸਚਨ ਨੇ ਨਾ ਵਿੱਚੋਂ ਬਾਰ ਬਾਰ ਆ ਰਹੇ ਆ ਪੇਪਰਾਂ ਦੇ ਵਿੱਚ ਹੋ ਸਕਦਾ ਤੁਹਾਡੇ ਕਿਸੇ ਨਾ ਕਿਸੇ ਪੇਪਰ ਵਿੱਚ ਆ ਜਾਏ ਕੋਈ ਕੁਐਸਚਨ ਬਾਕੀ ਮੈਂ ਅਲੱਗ ਅਲੱਗ ਪੇਪਰਾਂ ਦੀ ਪਲੇਲਿਸਟ ਬਣਾਈ ਹੋਈ ਹੈ ਉੱਥੇ ਜਾ ਕੇ ਸਾਰੀਆਂ ਵੀਡੀਓਜ਼ ਦੇਖ ਲਿਓ ਤੇ ਟੈਲੀਗ੍ਰਾਮ ਸਾਰੇ ਜਣੇ ਜਰੂਰ ਜੁਆਇਨ ਕਰ ਲਿਓ ਧੰਨਵਾਦ